ਹੁਸ਼ਿਆਰਪੁਰ 'ਚ ਸਥਿਤ ਫਤਿਹਗੜ੍ਹ ਨਜ਼ਦੀਕ ਮਾਊਂਟ ਐਵਨਿਊ ਕਲੋਨੀ ਵਿੱਚ ਫਿੱਟ ਕਲੱਬ ਜਿੰਮ ਦਾ ਉਦਘਾਟਨ ਕੀਤਾ ਗਿਆ। ਜਿੰਮ ਮਾਲਕ ਵਿਕਰਮਵੀਰ ਨੇ ਦੱਸਿਆ ਕਿ ਇਹ ਜਿੰਮ ਉਹਨਾਂ ਨੇ ਆਪਣੀ ਮਾਤਾ ਜੀ ਦੇ ਆਸ਼ੀਰਵਾਦ ਨਾਲ ਸ਼ੁਰੂ ਕੀਤਾ ਹੈ ਅਤੇ ਕਿਹਾ ਕਿ ਜੇਕਰ ਕੋਈ ਅਨਾਥ ਬੱਚਾ ਜਿੰਮ ਵਿੱਚ ਆਏਗਾ ਤਾਂ ਉਹਨਾਂ ਪਾਸੋਂ ਕੋਈ ਫੀਸ ਨਹੀਂ ਲਈ ਜਾਵੇਗੀ। ਦਸ ਟੈਲੀਓ ਨਿਊਜ਼ ਲਈ ਗੁਰਜੀਤ ਸੋਨੂ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਸੋਨਿਕਾ ਸੂਰੀ। ਹਾਂਜੀ, ਹੋ ਗਏ 4-5 ਸਾਲ ਇੱਥੇ ਆਉਂਦੇ ਹਨ, ਉਹਨਾਂ ਦੇ ਕੋਲ ਹੀ ਟ੍ਰੇਨਿੰਗ ਲੈ ਰਹੇ ਹਾਂ, ਬਹੁਤ ਵਧੀਆ ਆ। ਬਹੁਤ ਵਧੀਆ, ਬਹੁਤ ਅੱਛਾ। ਲੜਕੀਆਂ ਨੂੰ ਇਹ ਹੈ ਕਿ ਜਿਹੜੀ ਸਾਡੀ ਹੁਣ ਦੀ ਯੂਥ ਆ, ਲੜਕੀਆਂ ਜ਼ਿਆਦਾ ਤੋਂ ਜ਼ਿਆਦਾ ਸਪੋਰਟਸ ਵੱਲ ਜਾਣ, ਕਿਉਂਕਿ ਵੀਰ ਸ਼ਰਮਾ ਜਿੱਦਾਂ ਜਾਂ ਇਹਨਾਂ ਦੀ ਜਿਹੜੀ ਜਿੰਮ ਆ, ਇਹ ਪ੍ਰਮੋਟ ਹੀ ਯੂਥ ਨੂੰ ਇਸ ਤਰੀਕੇ ਨਾਲ ਕਰ ਰਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ, ਲੜਕੇ ਲੜਕੀਆਂ ਸਪੋਰਟਸ ਵੱਲ ਜ਼ਿਆਦਾ ਆਉਣ। ਇਹਨਾਂ ਦੀ ਜਦੋਂ ਤੋਂ ਇਹਨਾਂ ਨੇ ਜਿੰਮ ਓਪਨ ਕੀਤਾ, ਇਹਨਾਂ ਨੇ ਇੱਥੋਂ ਦੇ ਬਹੁਤ ਜ਼ਿਆਦਾ ਸਟੂਡੈਂਟ ਇੰਨੇ ਵਧੀਆ ਨਿਕਲੇ ਆ ਨਾ ਇੱਥੋਂ ਦੀ, ਮਤਲਬ ਕਿ ਲੜਕੀਆਂ ਵੀ ਔਰ ਲੜਕੇ ਵੀ ਕੁਛ ਫੋਰਨ ਦੇ ਵਿੱਚ ਹੈਗੇ ਆ, ਜਿਵੇਂ ਨੇ ਇਹਨਾਂ ਨੇ ਇੱਥੋਂ ਵਧੀਆ ਕੋਚਿੰਗ ਦਿੱਤੀ ਆ, ਇੰਨੇ ਵਧੀਆ ਕੋਚ ਕੀਤੀ ਕੋਚਿੰਗ ਦਿੱਤੀ ਆ, ਔਰ ਉਹ ਬਾਹਰ ਜਾ ਕੇ ਵੀ ਬਹੁਤ ਵਧੀਆ ਆਪਣੀ ਪਰਫੋਰਮੈਂਸ ਕਰ ਰਹੇ ਨੇ ਵਧੀਆ, ਔਰ ਇਹਨਾਂ ਦੀ ਜਿੰਮ ਬੈਸਟ ਹੈ। ਜਿੱਦਾਂ ਪੁਰਾਣੇ ਸਮਿਆਂ ਵਿੱਚ ਲੜਕੀਆਂ ਤੁਸੀਂ ਦੇਖੀਆਂ ਕਿੰਨੀਆਂ ਹੈਲਦੀ ਹੁੰਦੀਆਂ ਸੀਗੀਆਂ। ਹਾਂਜੀ ਹਾਂਜੀ, ਦੇਖੋ ਹਾਈਟ ਵੀ ਛੋਟੀ। ਹਾਂਜੀ ਬਿਲਕੁਲ ਬਿਲਕੁਲ, ਇੱਥੇ ਇਹ ਹੈ ਕਿ ਮਤਲਬ ਵੀਰ ਸ਼ਰਮਾ ਜੋ ਵੀ ਹੈ ਨਾ, ਆਪਣੀ ਡਾਇਟ ਪ੍ਰੋਪਰ ਦਿੰਦੇ ਆ ਲੜਕੀਆਂ ਨੂੰ, ਜੇ ਜੋ ਜ਼ਿਆਦਾ ਹੈਲਦੀ ਆ ਜਾਂ ਕੋਈ ਸਲਿਮ ਵੀ ਹੈਗੀ, ਈਵਨ ਇਹ ਨਹੀਂ ਕਿ ਜਿਹੜੀਆਂ ਹੈਲਦੀ ਆ ਉਹਨਾਂ ਨੂੰ ਡਾਇਟ ਦੇ ਰਹੇ ਆ, ਜਿਹੜੀਆਂ ਕੋਈ ਸਲਿਮ ਆ ਜਾਂ ਜਿਨ੍ਹਾਂ ਨੂੰ ਕੋਈ ਆਪਣੇ ਮੈਡੀਕਲ ਇਸ਼ੂਜ਼ ਵੀ ਹੈਗੇ ਆ, ਇੱਥੋਂ ਇਸ ਜਿੰਮ ਦੇ ਵਿੱਚੋਂ ਇੱਦਾਂ ਦੇ ਵੀ ਪੇਸ਼ੈਂਟ ਤੱਕ ਵੀ ਸਹੀ ਹੋਏ ਆ ਮੇਰੇ ਸਾਹਮਣੇ 4-5 ਸਾਲ ਦੇ ਵਿੱਚ, ਕਿਉਂਕਿ ਇਹਨਾਂ ਨੇ ਕਾਫੀ ਲੜਕੀਆਂ ਨੂੰ ਮਤਲਬ ਡਾਇਟ ਪ੍ਰੋਪਰ ਦੇ ਕੇ ਉਹਨਾਂ ਨੂੰ ਵਧੀਆ ਫਿਟਨੈਸ ਦਿੱਤੀ ਹੈ। ਜਿੱਦਾਂ ਹੁਣ ਖੇਡਾਂ ਨਾਲ ਜੁੜ ਕੇ, ਹਾਂਜੀ ਬਿਲਕੁਲ, ਬਿਮਾਰ ਹੋ ਗਏ ਤਾਂ ਸਹੀ ਹੋ ਜਾਂਦਾ। ਹਾਂਜੀ, ਜਿਵੇਂ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਬਾਕਸਿੰਗ ਦੇ ਵਿੱਚ ਚੈਂਪੀਅਨਸ਼ਿਪ ਰਹੀ ਹੈ, ਬਾਕਸਿੰਗ ਦੇ ਸ਼ੁਰੂ ਤੋਂ ਹੀ ਸਪੋਰਟਸ, ਬਚਪਨ ਤੋਂ ਇਹਨਾਂ ਦੀ ਸਾਰੀ ਫੈਮਿਲੀ ਸਪੋਰਟਸ ਦੇ ਵਿੱਚ ਰਹੀ ਆ, ਈਵਨ ਕਿ ਇਹ ਇਕੱਲੇ ਨਹੀਂ ਹੈਗੇ, ਇਹਨਾਂ ਦੇ ਸਾਰੀ ਫੈਮਿਲੀ ਸਪੋਰਟਸ ਦੇ ਮਤਲਬ ਇਹਨਾਂ ਦੇ ਬਲੱਡ ਦੇ ਵਿੱਚ ਹੀ ਹੈ। ਅਤੇ ਇਸ ਕਰਕੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਸਾਰੇ ਜੋ ਵੀ ਸਾਡੇ ਆਪਣੇ ਡਿਸਟ੍ਰਿਕਟ ਦੀਆਂ ਲੜਕੀਆਂ ਲੜਕੇ ਆ, ਵੱਧ ਤੋਂ ਵੱਧ ਇੱਥੇ ਆਪਣਾ ਜੁਆਇਨ ਕਰਨ ਆ ਕੇ, ਔਰ ਉਹਨਾਂ ਨੂੰ ਵਧੀਆ ਫਿਟਨੈਸ ਡਾਇਟ ਜਿਵੇਂ ਕਿ ਵੀਰ ਸ਼ਰਮਾ ਨੇ ਤੁਹਾਨੂੰ ਹੁਣੇ ਦੱਸਿਆ ਹੈਗਾ, ਵਧੀਆ ਤਾਂ ਉਹਨਾਂ ਨੂੰ ਮਿਲੇਗਾ। ਤੁਸੀਂ ਕੀ ਕਹਿਣਾ ਚਾਹੋਗੇ ਜਿੰਮ ਬਾਰੇ? ਮੇਰੇ ਮਾਮੂ ਦਾ ਨਵਾਂ ਜਿੰਮ ਹੈ ਅਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੀ ਹੈਗੀ ਹੈ, ਅਤੇ ਉੱਦਾਂ ਸਭ ਨੂੰ ਆਪਣੀ ਜਗ੍ਹਾ ਹੈਗੀ, ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਇਹ ਮੇਰੇ ਵੀਰ ਵੀ ਹੈਗੇ ਨੇ, ਮੇਰੇ ਮਾਮੂ ਵੀ ਹੈਗੇ ਨੇ, ਅਤੇ ਬਹੁਤ ਜ਼ਿਆਦਾ ਖੁਸ਼ੀ ਹੈ। ਮੈਨੂੰ ਇਸ ਦਿਨ ਦੀ ਬਹੁਤ ਜ਼ਿਆਦਾ ਵੇਟ ਸੀ। ਕੀ ਕਹਿੰਦੇ ਆ ਇਹ ਜਿੰਮ ਜਾਣਾ ਚਾਹੀਦਾ? ਤੁਸੀਂ ਆਓਗੇ ਜਿੰਮ? ਹਾਂਜੀ 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 ਬਿਲਕੁਲ ਆਵਾਂਗੇ ਆਪਾਂ ਜਿੰਮ 'ਚ। ਅਤੇ ਇਹ ਕਹਿੰਦੇ ਕੀ ਆ, ਮੋਟੀਵੇਟ ਕੀ ਕਰਦੇ ਆ? ਮੋਟੀਵੇਟ ਇਹੀ ਕਹਿੰਦੇ ਨੇ ਕਿ ਹਰ ਕਿਸੇ ਨੂੰ ਆਪਣੀ ਹੈਲਥ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿ ਜਿੰਨੀ ਆਪਾਂ ਐਕਸਰਸਾਈਜ਼ ਕਰਾਂਗੇ ਉਨਾ ਸਾਡੇ ਵਧੀਆ ਸਾਡੇ ਲਈ ਬੋਡੀ ਲਈ। ਅਤੇ ਮਤਲਬ ਮੇਰੇ ਮਾਮੂ ਬਹੁਤ ਹੀ ਸਭ ਨੂੰ ਮੋਟੀਵੇਟ ਕਰਦੇ ਨੇ ਹਰ ਚੀਜ਼ ਨੂੰ, ਮਤਲਬ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਤੁਸੀਂ ਆਪਣੇ ਆਪ ਨੂੰ ਠੀਕ ਰੱਖੋ, ਕਿਉਂਕਿ ਜਿੰਨੀ ਆਪਾਂ ਐਕਸਰਸਾਈਜ਼ ਕਰਾਂਗੇ ਉਨਾ ਸਾਡਾ ਸਰੀਰ ਠੀਕ ਰਹੇਗਾ। ਹਾਂਜੀ, ਸੀ ਏ ਸ਼ਰਮਾ, ਵਾਈਫ ਆਫ ਵਿਕਰਮ ਮੋਹਨ। ਹਾਂਜੀ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੇਰੇ ਹਸਬੈਂਡ ਦੀ ਸਾਡੀ ਜਿੰਮ ਦੀ ਪ੍ਰਮੋਸ਼ਨ ਹੋਈ ਆ, ਸਾਡਾ ਸਪੋਰਟਸ ਪ੍ਰਮੋਟ ਹੋਇਆ, ਸਾਡੀ ਜਿਹੜੀ ਸਾਡੀ ਫਿਟਨੈਸ ਲਾਈਨ ਆ ਉਹ ਪ੍ਰਮੋਟ ਹੋਈ ਆ, ਇਹ ਤੋਂ ਵੱਡੀ ਖੁਸ਼ੀ ਮੇਰੇ ਲਈ ਕੁਛ ਨਹੀਂ ਹੋ ਸਕਦੀ। ਜ਼ਿਲ੍ਹੇ ਦਾ ਕੋਈ ਵੀ ਯੁਵਾ ਆਪਣੇ ਆਉਂਦਾ, ਕੋਈ ਮੈਡਲ ਲੈ ਕੇ ਆਉਂਦਾ, ਸਭ ਤੋਂ ਮੋਹਰੇ ਹੁੰਦੇ ਉਹਨੂੰ ਤੁਹਾਡੇ ਵੱਲੋਂ ਕਿੰਨਾ ਕੁ ਸਹਿਯੋਗ ਹੁੰਦਾ? ਮੇਰੇ ਵੱਲੋਂ ਪੂਰਾ ਇਹਨਾਂ ਨੂੰ ਸਹਿਯੋਗ ਹੁੰਦਾ ਹੈ। ਮੈਂ ਤਾਂ ਇਹਨਾਂ ਨੂੰ ਆਪ ਕਹਿੰਦੀ ਹਾਂ, ਜੋ ਇਹਨਾਂ ਨੂੰ ਕੋਈ ਫੋਨ ਕਰਦਾ ਹੈ ਜੇ ਭੁੱਲ ਵੀ ਜਾਂਦੀ ਹੈ, ਮੈਂ ਰਿਮਾਈਂਡਰ ਸੈੱਟ ਕਰਦੀ ਹਾਂ ਕਿ ਕੱਲ੍ਹ ਤੁਹਾਨੂੰ ਇਹਨਾਂ ਨੇ ਇਨਵਾਈਟ ਕੀਤਾ ਹੈ, ਤੁਹਾਡਾ ਜਾਣਾ ਬਣਦਾ, ਤੁਸੀਂ ਜਾਣਾ ਆ, ਇਹ ਮੇਰੇ ਤੋਂ ਅੱਗੇ ਹੈ, ਮੈਂ ਇਹਨਾਂ ਤੋਂ ਅੱਗੇ ਹਾਂ ਇਸ ਚੀਜ਼ ਨੂੰ ਪ੍ਰਮੋਟ ਕਰਨ ਦੇ ਲਈ। ਹਾਂਜੀ, ਵੈਲਕਮ ਸਰ।
ਇੱਕ ਮੈਂ ਮੈਸੇਜ ਹੋਰ ਦੇਣਾ ਚਾਹੂੰਗੀ, ਜਿਹੜੀਆਂ ਗਰਲਜ਼ ਹੈਗੀਆਂ ਨੇ ਸਪੈਸ਼ਲੀ, ਕਈ ਗਰਲਜ਼ ਇਹ ਸੋਚਦੀਆਂ ਆ ਕਿ ਜਿਮ ਆ ਕੇ ਜੇ ਉਹ ਕੁਛ ਵੀ ਐਕਸਰਸਾਈਜ਼ ਕਰਦੀਆਂ ਆ ਤਾਂ ਮੁੰਡਿਆਂ ਦੇ ਵਾਂਗੂ ਉਹਨਾਂ ਦੇ ਜਿਹੜੇ ਮਸਲਸ ਉਹ ਬਿਲਡ ਹੋ ਜਾਣਗੇ। ਬਿਲਕੁਲ ਵੀ ਬਿਲਕੁਲ ਗਲਤ ਆ ਇਹ। ਪਹਿਲਾਂ ਤਾਂ ਉਹਨਾਂ ਨੂੰ ਜਿਹੜੀ ਫਿਟਨੈਸ ਆ ਉਹ ਫਸਟ ਹੋਣੀ ਚਾਹੀਦੀ ਆ। ਜਿਹੜੀਆਂ ਜੇ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਚਾਹੁੰਦੀਆਂ ਕਿ ਅਸੀਂ ਫਿੱਟ ਵੀ ਰਹੀਏ, ਸੋਹਣੀ ਵੀ ਲੱਗੀਏ, ਹੈ ਨਾ, ਜਿਹੜੀ ਬੋਡੀ ਟੋਨ ਹੋਊਗੀ ਉਹ ਸਿਰਫ ਜਿਮ ਨਾਲ ਹੋ ਸਕਦੀ ਆ, ਓਨਲੀ ਕਾਰਡੀਓ ਨਹੀਂ ਹੋ ਸਕਦਾ। ਤੁਹਾਨੂੰ ਜਿਮ ਆਉਣਾ ਹੀ ਪੈਣਾ ਜੇ ਤੁਸੀਂ ਆਪਣੀ ਬੋਡੀ ਨੂੰ ਟੋਨ ਰੱਖਣਾ ਚਾਹੁੰਦੇ ਆ। ਠੀਕ ਆ, ਥੈਂਕ ਯੂ। ਮੈਂ ਭਾਅ ਜੀ ਨਵਾਂ ਜਿਮ ਓਪਨ ਕੀਤਾ ਆ, ਇਹ ਐਮ ਫਿੱਟ, ਮਤਲਬ ਇਹਦੀ ਫੁੱਲ ਫੋਰਮ ਹੈਗੀ ਆ ਮੋਹਨੀ ਫਿਟਨੈਸ ਕਲੱਬ। ਮੈਂ ਆਪਣੇ ਮਦਰ ਦੇ ਨਾਂ 'ਤੇ ਖੋਲਿਆ ਆ, ਤਾਂ ਪਰਮਾਤਮਾ ਨੇ ਮਤਲਬ ਵਿੱਚ ਥੋੜ੍ਹਾ ਵਿਆ ਥੋੜ੍ਹੀ ਟੈਨਸ਼ਨ ਵੀ ਆ ਗਈ ਸੀ, ਪਰਮਾਤਮਾ ਨੇ ਦੁਬਾਰਾ ਮਹਾਮਾਈ ਚਿੰਤਾਪੂਰਨੀ ਦੁਬਾਰਾ ਮਿਹਨਤ ਕਿਰਪਾ ਕੀਤੀ ਆ, ਤਾਂ ਦੁਬਾਰਾ ਸਟਰਗਲਾਂ ਨਾਲ ਤੁਹਾਡੀ ਦੁਬਾਰਾ ਸੇਵਾ ਲਾਈ ਆ। ਪਰ ਮਹਾਮਾਈ ਨੇ ਲੋਕਾਂ ਦੀ ਸੇਵਾ 'ਚ ਕੀ ਲੋਕਾਂ ਨੂੰ ਮੈਂ ਦੁਬਾਰਾ ਫਿਟਨੈਸ ਦੇ ਸਕਾਂ। ਭਾਅ ਜੀ ਕਿੰਨਾ ਚਿਰ ਹੋ ਗਿਆ ਜਿੰਮ ਦੇ ਨਾਲ ਜੁੜਿਆ? ਭਾਅ ਜੀ ਵੈਸੇ ਤਾਂ ਮੈਨੂੰ ਜਿੰਮ ਲਾਈਨ ਕਰਦੇ 18-19 ਸਾਲ ਹੋ ਗਏ ਆ। ਪਹਿਲਾਂ ਮੈਂ ਬੋਕਸਿੰਗ ਖੇਡਦਾ ਸੀ, ਬੋਕਸਿੰਗ ਵਧੀਆ ਵਧੀਆ ਲੈਵਲ 'ਚ ਕੀਤੀ ਆ। ਮਤਲਬ ਸਾਡਾ ਜਿਹੜਾ ਸਾਰੀ ਫੈਮਿਲੀ ਸਪੋਰਟਸਮੈਨ ਦੀ ਆ, ਮੇਰੇ ਫਾਦਰ, ਮੇਰੇ ਦਾਦਾ ਜੀ, ਮੇਰੇ ਮੂਹਰੇ ਬ੍ਰਦਰ, ਮੇਰੇ ਮੂਹਰੇ ਭਤੀਜੇ, ਸਾਡੀ ਸਾਰੀ ਲਾਈਨ ਜਿਹੜੀ ਆ ਫਿਟਨੈਸ 'ਚ ਹੀ ਆ। ਅਤੇ ਯੁਵਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਬਸ ਇਹੀ ਆ ਕਿ ਵੱਧ ਤੋਂ ਵੱਧ ਗੇਮਾਂ ਵੱਲ ਜਾਓ, ਆਪਣੇ ਮਤਲਬ ਸਪੋਰਟਸ ਨੂੰ ਉੱਪਰ ਚੱਕੋ, ਫਿਟਨੈਸ ਵੱਲ ਜ਼ਿਆਦਾ ਜਾਓ, ਜ਼ਿਆਦਾ ਤੋਂ ਜ਼ਿਆਦਾ ਮਤਲਬ ਜਿਹੜੀ ਆਪਣੀ ਜਵਾਨੀ ਆਪਣੀ ਐਕਸਰਸਾਈਜ਼ ਵੱਲ ਰੱਖੋ, ਨਸ਼ੇ ਵੱਲ ਘੱਟ ਜਾਓ। ਜੇ ਤੁਹਾਡੇ ਤੁਹਾਨੂੰ ਕੋਈ ਨਸ਼ੇ ਵੱਲ ਲੈ ਕੇ ਵੀ ਜਾਂਦਾ ਆ, ਠੀਕ ਨਾ, ਉਹ 'ਚ ਸਖਤ ਕਾਰਵਾਈ ਕਰਵਾਓ। ਬਸ ਇਹੀ ਆ ਕਿ ਬਸ ਬਾਕੀ ਆਪਣੇ ਮਾਂ ਪਿਓ ਦੀ ਸੇਵਾ ਕਰੋ। ਇਹ ਖਿਡਾਰੀ ਨੂੰ ਆਪਣੀ ਸਿਹਤ ਬਣਾਉਣ ਵਾਸਤੇ ਕਿਹੜੀ ਚੀਜ਼ ਦੀ ਲੋੜ ਹੁੰਦੀ? ਬਸ ਖਿਡਾ ਜੇ ਕੋਈ ਵਧੀਆ ਕੋਈ ਆਪਣਾ ਪਲੇਅਰ ਕੋਈ ਤਿਆਰ ਹੋਣਾ ਤਾਂ ਵਧੀਆ, ਪਹਿਲਾਂ ਤੋਂ ਇੱਕ ਵਧੀਆ ਆਪਣਾ ਗੁਰੂ ਚੁਣੇ, ਕਿਉਂਕਿ ਲਾਈਫ ਦੇ ਵਿੱਚ ਇੱਕ ਗੁਰੂ ਹੋਣਾ ਬਹੁਤ ਜ਼ਰੂਰੀ ਆ, ਜਿਹੜਾ ਇੱਕ ਤੁਹਾਡਾ ਮਾਰਗ ਦਰਸ਼ਕ ਬਣਦਾ ਆ। ਬਾਕੀ ਮਾਂ ਪਿਓ ਦਾ ਸਹਿਯੋਗ ਵਧੀਆ ਚਾਹੀਦਾ ਆ, ਤੁਹਾਡੇ ਘਰ ਦੀ ਪਿੱਛੇ ਸਪੋਰਟ ਵਧੀਆ ਚਾਹੀਦੀ ਆ, ਤਾਂ ਬਾਕੀ ਆਪਣੇ ਗੁਰੂ ਦੇ ਆਗਿਆ 'ਚ ਜਾਣਾ ਚਾਹੀਦਾ, ਵਧੀਆ ਪਲੇਅਰ ਤਾਂ ਹੀ ਉਹ ਬਣ ਸਕਦਾ ਆ। ਅਤੇ ਭਾਅ ਜੀ ਐਕਸਰਸਾਈਜ਼ ਨੂੰ ਕਿੰਨਾ ਟਾਈਮ ਚਾਹੀਦਾ ਅਤੇ ਫਰਕ? ਭਾਅ ਜੀ ਐਕਸਰਸਾਈਜ਼ ਇੱਦਾਂ ਆ ਕਿ ਮੋਰਨਿੰਗ ਵੀ ਟਾਈਮ ਵਧੀਆ ਆ, ਈਵਨਿੰਗ ਵੀ ਟਾਈਮ ਵਧੀਆ ਆ, ਕੋਈ ਵੀ ਇੱਕ ਟਾਈਮ ਜ਼ਰੂਰ ਆਪਣੀ ਬੋਡੀ ਨੂੰ 2 ਘੰਟੇ ਜ਼ਰੂਰ ਦਿਉ। ਤੁਹਾਡਾ ਦਿਨ ਵਿੱਚ 24 ਘੰਟੇ ਆ, ਉਹਦੇ ਵਿੱਚ 2 ਘੰਟੇ ਐਕਸਰਸਾਈਜ਼ ਨੂੰ ਜ਼ਰੂਰ ਦਿਉ, ਕਿਉਂਕਿ ਇੱਕ ਫਿਟਨੈਸ ਇੱਦਾਂ ਦੀ ਲਾਈਨ ਆ ਕਿ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਆ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆ, ਕੋਈ ਤੁਸੀਂ ਡਿਪਰੈਸ਼ਨ 'ਚ ਆ, ਉਹਨੂੰ ਸਿਰਫ ਐਕਸਰਸਾਈਜ਼ ਹੀ ਦੂਰ ਕਰ ਸਕਦੀ ਆ। ਅਤੇ ਭਾਅ ਜੀ ਪਿੱਛੇ ਜੇ ਸਾਡੀ ਇੱਕ ਲੜਕੀ ਆਈ ਮਾਨਪੁਰ ਤੋਂ? ਹਾਂਜੀ 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 ਉਹ ਆਪਾਂ ਨੂੰ ਇੱਦਾਂ ਨਾ, ਉਹ ਲੜਕੀ ਸਾਡੀ ਏਸ਼ੀਅਨ ਗੇਮਾਂ ਤੋਂ ਸਿਲਵਰ ਮੈਡਲ ਲੈ ਕੇ ਆਈ ਹੈ ਮਾਲਪੁਰ ਦੀ ਲੜਕੀ। ਬਹੁਤ ਉਹਦੀ ਪਿਛਲੇ ਲਾਈਫ 'ਚ ਬਹੁਤ ਸਟਰਗਲ, ਆਪਾਂ ਨੂੰ ਅੱਜ ਉਹਦਾ ਮੈਡਲ ਦਿਖਦਾ ਆ, ਪਰ ਉਹ ਪਿੱਛੇ ਉਹਦੀ ਬਹੁਤ ਸਟਰਗਲ, ਉਹਨਾਂ ਨੇ ਗੋਡੇ ਦਾ ਓਪਰੇਟ ਕਰਾਇਆ, ਪਿੱਛੇ ਫੈਮਿਲੀ ਨੇ ਬਹੁਤ ਸਪੋਰਟ ਕੀਤੀ, ਹਲੇ ਉਹਨਾਂ ਕੋਲ ਟਰੈਕ ਨਹੀਂ ਵਧੀਆ ਸੀ ਸਾਡੇ ਪੰਜਾਬ 'ਚ, ਟਰੈਕ ਨਾ ਵਧੀਆ ਹੋਣ ਕਰਕੇ ਨਾ ਉਹਨਾਂ ਨੂੰ ਆਪਣਾ ਧਰਮਸ਼ਾਲਾ ਐਕਸਰਸਾਈਜ਼ ਕਰਨ ਵਾਸਤੇ ਜਾਣਾ ਪੈਂਦਾ ਸੀ। ਉਹੀ ਮੈਂ ਪੰਜਾਬ ਨੂੰ ਆਪਣੀ ਗੌਰਮੈਂਟ ਨੂੰ ਇਹ ਸੁਨੇਹਾ ਦੇਣਾ ਕਿ ਵਧੀਆ ਤੋਂ ਵਧੀਆ ਤੁਸੀਂ ਟਰੈਕ ਸਟੇਡੀਅਮ ਵਧੀਆ ਬਣਾਓ, ਜਿਹਦੇ ਕਰਕੇ ਕਿ ਹੋਰ ਵੀ ਸੰਧੂ, ਮੇਰੇ ਖਿਆਲ ਨਾਲ ਸੰਧੂ ਬੈਂਸ ਉਹਨਾਂ ਦਾ ਨਾਮ ਸੀ, ਹਰਮ, ਇੱਦਾਂ ਦੀਆਂ ਹੋਰ ਵੀ ਸਾਡੀਆਂ ਲੜਕੀਆਂ ਤਿਆਰ ਹੋਣ ਕਿ ਲੜਕੀਆਂ ਦਾ ਜ਼ਿਆਦਾ ਧਿਆਨ ਸਪੋਰਟਸ ਵੱਲ ਜਾਵੇ। ਭਾਅ ਜੀ ਯੁਵਾ ਪਿੱਛੇ ਜਾ ਰਿਹਾ ਮੇਰੇ ਹਿਸਾਬ ਨਾਲ, ਕਿ ਲੜਕੀਆਂ ਹੁਣ ਅੱਗੇ ਆ ਰਹੀਆਂ ਜਿੰਮ ਵਿੱਚ ਵੀ ਦੇਖਿਆ? ਭਾਅ ਜੀ ਇੱਦਾਂ ਹੈ ਨਾ ਕਿ ਅੱਜ ਕੱਲ੍ਹ ਜਿਹੜੇ ਮਦਰ ਫਾਦਰ ਆ ਉਹ ਸਪੋਰਟਸ ਨੂੰ ਲੈ ਕੇ ਬਹੁਤ ਪ੍ਰਿਪੇਅਰ ਹੋ ਗਏ ਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਲੜਕੀਆਂ ਕਿਉਂਕਿ ਲੜਕੀਆਂ ਤੋਂ ਘੱਟ ਨਹੀਂ ਆ। ਜੇ ਆਪਾਂ ਜਿੱਥੇ ਲੜਕੇ ਅੱਗੇ ਲੋਕ ਲੜਕੇ ਬਹੁਤ ਕਰਦੇ ਰਹਿੰਦੇ ਸੀ ਕਿ ਉਹਦੇ ਬੇਟਾ ਹੋਇਆ, ਮਤਲਬ ਇੱਦਾਂ ਦਾ ਟਾਈਮ ਵੀ ਚੱਲ ਪਿਆ ਸੀ, ਜੇ ਅਗਲੇ ਕਿਸੇ ਦੇ ਘਰ 'ਚ ਲੜਕੀ ਸੀ ਨਾ ਤਾਂ ਉਹ ਕਹਿੰਦੇ ਸੀ ਚੱਲ ਕੋਈ ਗੱਲ ਨਹੀਂ ਪਰਮਾਤਮਾ ਤੈਨੂੰ ਦੁਬਾਰਾ ਫਿਰ ਲਾ ਦਊਗੀ। ਮਤਲਬ ਉਹਨਾਂ ਨੂੰ ਬੇਭਾਗਾ ਮੰਨਦੇ ਹੁੰਦੇ ਸੀ, ਸਾਡੀ ਲੜਕੀਆਂ ਨੇ ਦੇਖਦੀਆਂ ਹੁਣ ਤੁਸੀਂ ਦੇਖ ਲਓ ਬਹੁਤ ਲੜਕੀਆਂ ਜੱਜ ਹੋਆ, IPS ਹੋਆ, ਅਫਸਰ ਹੋਆ, ਏਸ਼ੀਅਨ ਗੇਮਾਂ ਤੋਂ ਮੈਡਲ ਲੈ ਕਹਿੰਦੇ ਓਲੰਪਿਕ, ਲੜਕੀਆਂ ਹੀ ਮੂਹਰੇ ਆ ਰਹੀਆਂ ਆ। ਇਸ ਕਰਕੇ ਹੁਣ ਉਹ ਬਹੁਤ ਮਤਲਬ ਮਾਂ ਪਿਓ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਪ੍ਰਿਪੇਅਰ ਹੋ ਗਏ ਵਾ। ਮਤਲਬ ਆਪਾਂ ਇਹੀ ਮੈਂ ਸੰਦੇਸ਼ਾ ਦਊਂਗਾ ਕਿ ਮਾਂ ਪਿਓ ਲੜਕੀਆਂ ਲੜਕੇ 'ਚ ਇਹ ਚੀਜ਼ ਦਾ ਫਰਕ ਨਾ ਰੱਖਣ, ਲੜਕੀਆਂ ਨੂੰ ਹੋਰ ਮੂਹਰੇ ਲੈ ਕੇ ਆਉਣ ਫਿਟਨੈਸ ਲਾਈਨ 'ਚ।
ਠੀਕ ਹੈ ਜੀ। ਮੈਂ ਭਾਅ ਜੀ ਇਹ ਜਿਮ ਮਾਊਂਟ ਐਵਰ ਬਲੋਕ ਏ ਨੀਅਰ ਮੇਰੇ ਖਿਆਲ ਨਾਲ ਫਤਿਹਗੜ੍ਹ ਰੋਡ ਆ ਇਹ। ਬਾਕੀ ਹਲੇ ਮੈਨੂੰ 10-15 ਦਿਨ ਇੱਥੇ ਆਏ ਨੂੰ ਹੋਏ ਆ, ਜ਼ਿਆਦਾ ਇਸ ਲੋਕੇਸ਼ਨ ਬਾਰੇ ਪਤਾ ਨਹੀਂ ਆ। ਤਾਂ ਮੇਰਾ ਮੋਬਾਈਲ ਹੈਗਾ 9988785967। ਅੱਛਾ ਮੈਂ ਇੱਕ ਹੋਰ ਤੁਹਾਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ, ਅਗਰ ਕੋਈ ਵੀ ਬੱਚਾ ਜਿਹਨਾਂ ਦੇ ਫਾਦਰ ਨਹੀਂ ਆ, ਜਿਹਨਾਂ ਦੇ ਉਹ ਘਰੋਂ ਗਰੀਬ ਆ, ਵਧੀਆ ਸਪੋਰਟਸਮੈਨ ਬਣਨਾ ਚਾਹੁੰਦਾ ਆ ਜਾਂ ਕਿਸੇ ਚੀਜ਼ ਦਾ ਵੀ ਉਹਨੂੰ ਮੇਰੀ ਹੈਲਪ ਦੀ ਲੋੜ ਵਾ, ਮੈਂ ਉਹਨੂੰ ਫਰੀ ਟ੍ਰੇਨਿੰਗ ਕਰਾਵਾਂਗਾ, ਫਰੀ ਡਾਇਟ ਦੇਵਾਂਗਾ, ਹਰ ਪਾਸੇ ਉਹਦੇ ਫਰੀ ਮੈਂ ਉਹਦੀ ਨਾ ਉਹਦੀ ਹੈਲਪ ਕਰਾਂਗਾ। ਪਰ ਬੱਚਾ ਇਸ ਚੀਜ਼ ਨੂੰ ਲੈ ਕੇ ਪ੍ਰਪੇਅਰ ਹੋਵੇ। ਟਾਈਮਿੰਗ ਭਾਅ ਜੀ ਮੋਰਨਿੰਗ ਆਪਾਂ ਸਵੇਰੇ 5 ਵਜੇ ਇਹਨੂੰ ਓਪਨ ਕਰ ਲੈਣਾ ਆ, ਤਾਂ ਸਾਰਾ ਦਿਨ ਇਹ ਖੁੱਲ੍ਹਾ ਰਹੇਗਾ, ਰਾਤ ਦੇ 10 ਵਜੇ ਤੱਕ ਆਪਾਂ ਇਹਨੂੰ ਓਪਨ ਰੱਖਾਂਗੇ। ਹੈਲੋ ਐਵਰੀਵਨ, ਮੈਂ ਪਰਮਿੰਦਰ ਕੌਰ ਡੋਗਰਾ ਪੈਰਾਮੈਡੀਕਲ ਗੁਰੂਕੁਲ ਹੁਸ਼ਿਆਰਪੁਰ ਦੇ ਐਡਮਿਸ਼ਨ ਸੈੱਲ ਤੋਂ ਤੁਹਾਨੂੰ ਗੁਰੂਕੁਲ ਵਿੱਚ ਕਰਵਾਏ ਜਾਂਦੇ ਪੈਰਾਮੈਡੀਕਲ ਕੋਰਸਿਸ ਬਾਰੇ ਜਾਣੂ ਕਰਵਾਵਾਂਗੀ, ਜਿਨ੍ਹਾਂ ਵਿੱਚੋਂ ਮੁੱਖ ਕੋਰਸ ਲੈਬੋਰਟਰੀ, ਐਕਸਰੇ, OT, ਪੇਸ਼ੈਂਟ ਕੇਅਰ, ਕਾਰਡੀ ਕੇਅਰ, ਡਾਇਲਿਸਿਸ, ਹੋਸਪਿਟਲ ਮੈਨੇਜਮੈਂਟ, ਓਪਥੈਲਮਿਕ। ਇਸ ਤੋਂ ਇਲਾਵਾ ਡਿਪਲੋਮਾ ਇਨ ਫਿਜ਼ੀਓਥੈਰੇਪੀ, ਡੂਰੇਸ਼ਨ 2 ਈਅਰਸ, ਐਲੀਜੀਬਿਲਟੀ 10th ਐਂਡ ਪਲੱਸ 2, ਅਤੇ ਪ੍ਰੈਕਟੀਸ਼ਨਰ ਦੇ ਲਈ CMSED ਕੋਰਸ ਜੋ ਕਿ WHO ਤੋਂ ਮਾਨਤਾ ਪ੍ਰਾਪਤ ਹੈ, ਜਿਸ ਦੀ ਡੂਰੇਸ਼ਨ 18 ਮੰਥ ਹੈ। ਇਸ ਨੂੰ ਕਰਨ ਦੀ ਐਲੀਜੀਬਿਲਟੀ ਮੈਕਸੀਮਮ 10th ਪਾਸ ਹੈ। ਇਸ ਦੇ ਨਾਲ ਹੀ ਨੈਨੀ ਕੇਅਰ ਕੋਰਸ ਜੋ ਕਿ 6 ਮੰਥ ਦਾ ਹੈ, ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਸੀਂ ਚਾਈਲਡ ਕੇਅਰ, ਡਿਸੇਬਲਡ ਕੇਅਰ, ਮੈਟਰਨਲ ਕੇਅਰ, ਓਲਡ ਏਜ ਕੇਅਰ ਦੇ ਸਰਟੀਫਿਕੇਟ ਪ੍ਰਾਪਤ ਕਰਦੇ ਹੋ, ਜਿਸ ਦੇ ਤਹਿਤ ਤੁਸੀਂ ਵਿਦੇਸ਼ਾਂ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਐਡਮਿਸ਼ਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਪਤੇ 'ਤੇ ਸੰਪਰਕ ਕਰੋ। ਧੰਨਵਾਦ।